ठीक है। अगली चीज़ जी सब तो डेंजरस जिदे करके सब तो ज़्यादा जाना जा रही ने कोविड दया है निमोनिया, जो कि वायरल निमोनिया या एक्वायर्ड निमोनिया कुछ भी यू असी कह सकते हैं। जदों पेशेंट नू निमोनिया हो गया, जदों किसी कोविड पेशेंट नू छाती पानी भरना शुरू हो गया, उस टाइम असी दो चीज़ों का बहुत ख्याल रखना। पहली चीज़ आप टोटल फ्लूइड जो तरल पदार्थ पानी जो प्लेन वाटर असी पेशेंट नू दे रहे हैं असी उहदी खपत घट कर देंगे, ज़्यादा पानी नहीं देना। क्यों? शरीर तो फेफड़िया जिहड़ा पानी कट्ठा हो गया उहनू कढ़न की कोशिश कर रहा, तो जे तुसीं डेढ़ डेढ़ बोतल दो दो गिलास गर्म कर करके पानी पी जाओगे, जे तुसीं लोड़ तो ज़्यादा कावा भी पी जाओगे तो पानी है एक तरह का, लोड़ तो ज़्यादा फ्लूइड जे तुसीं लैना शुरू कर दिता ਉਹ ਤੁਹਾਡੇ ਸਰੀਰ 'ਚ ਫਲੂਇਡ ਜ਼ਿਆਦਾ ਇਕੱਠਾ ਹੋ ਜਾਣਾ, ਸਗੋਂ ਤੁਹਾਡੀ ਛਾਤੀ 'ਚ ਹੋਰ ਜ਼ਿਆਦਾ ਪਾਣੀ ਭਰਨ ਦੇ ਚਾਂਸ ਆ। ਸੋ ਅਗਰ ਨਮੋਨੀਆ ਦੀ ਸ਼ਿਕਾਇਤ ਹੋ ਰਹੀ ਆ ਤਾਂ ਪਾਣੀ ਦੀ ਖਪਤ ਅਸੀਂ ਘਟਾ ਦੇਣੀ ਆ। ਨੰਬਰ 2, ਹੁਣ ਇਹ ਇਸ ਵੀਡੀਓ ਦਾ ਦੂਜਾ ਸਭ ਤੋਂ ਕੰਟਰੋਵਰਸ਼ੀਅਲ ਪੱਖ ਹੋਣ ਵਾਲਾ ਆ, ਉਹ ਹੈ ਸਲਾਦ। ਸੋ ਸਲਾਦ ਅਤੇ ਫਰੂਟ ਵੈਸੇ ਤਾਂ ਸਾਡੇ ਲਈ ਬਹੁਤ ਅੱਛੇ ਆ, ਵਿਟਾਮਿਨ ਮਿਨਰਲ ਫਾਈਬਰ ਦੇ ਨਾਲ ਭਰਪੂਰ ਆ, ਸਰੀਰ ਨੂੰ ਠੀਕ ਕਰਦੇ ਨੇ, ਇਮਿਊਨਿਟੀ ਵਧਾਉਂਦੇ ਨੇ, ਹੋਰ ਬੜਾ ਕੁਛ, ਬੜੇ ਫਾਇਦੇ ਨੇ, ਅਨੇਕਾਂ ਫਾਇਦੇ ਨੇ। ਲੇਕਿਨ ਸਾਨੂੰ ਇਹ ਗੱਲ ਸਮਝਣੀ ਪਏਗੀ ਵੀ ਕੋਵਿਡ ਪੇਸ਼ੈਂਟ ਦੀ ਇਮਿਊਨਿਟੀ ਡਾਊਨ ਹੋ ਚੁੱਕੀ ਆ, ਅਤੇ ਜੋ ਬਚੀ ਖੁਚੀ ਉਹਦੇ ਸਰੀਰ ਦੀ ਇਮਿਊਨ ਸਟਰੈਂਥ ਆ, ਜੋ ਉਹਦੀ ਬਿਮਾਰੀ ਨਾਲ ਲੜਨ ਦੀ ਜੋ ਸ਼ਮਤਾ ਆ, ਉਹ ਜਿਹੜੀ ਪਹਿਲੇ ਡਾਊਨ ਹੋ ਗਈ, ਜੋ ਬਚੀ ਖੁਚੀ ਆ ਉਹ ਵੀ ਇਨਫੈਕਸ਼ਨ ਨਾਲ ਲੜਨ ਦੇ ਵਿੱਚ ਬਿਜ਼ੀ ਆ। ਅਗਰ ਅਸੀਂ ਕੱਚੀਆਂ ਚੀਜ਼ਾਂ ਖਾਵਾਂਗੇ, ਕਿਸੇ ਚੀਜ਼ ਨੂੰ ਬਿਨਾਂ ਕੁੱਕ ਕਰੇ ਬਿਨਾਂ ਪਕਾਏ ਖਾਵਾਂਗੇ, ਸਾਨੂੰ ਉਹਦੇ ਤੋਂ ਵੀ ਇਨਫੈਕਸ਼ਨ ਦਾ ਖਤਰਾ ਹੋ ਸਕਦਾ ਆ, ਠੀਕ ਹੈ। ਕੱਚੀਆਂ ਚੀਜ਼ਾਂ ਤੋਂ ਹਮੇਸ਼ਾ ਹੀ ਇਨਫੈਕਸ਼ਨ ਦਾ ਖਤਰਾ ਰਹਿੰਦਾ ਆ, ਇਸੇ ਕਰਕੇ ਆਪਾਂ ਭਾਵੇਂ ਕਿ ਫਰੂਟ ਬਹੁਤ ਹੈਲਦੀ ਆ ਵਧੀਆ ਚੀਜ਼ ਆ ਖਾਣ ਲਈ, ਸਲਾਦ ਬਹੁਤ ਹੈਲਦੀ ਆ ਵਧੀਆ ਚੀਜ਼ ਆ ਖਾਣ ਲਈ, ਪਰ ਕੋਵਿਡ ਦੇ ਵਿੱਚ ਅਸੀਂ ਕੱਚੀਆਂ ਚੀਜ਼ਾਂ ਸੈਲਡ ਅਵੋਇਡ ਕਰਨੇ ਆ, ਬਹੁਤ ਹੀ ਘੱਟ ਮਾਤਰਾ ਦੇ ਵਿੱਚ ਤੁਸੀਂ ਅਗਰ ਲੈਣਾ ਚਾਹੋ ਲੈ ਸਕਦੇ, ਉਹ ਵੀ ਪੇਸ਼ੈਂਟ ਦੀ ਕੰਡੀਸ਼ਨ 'ਤੇ ਡਿਪੈਂਡ ਕਰਦੇ, ਜੇ ਪੇਸ਼ੈਂਟ ਠੀਕ ਆ ਤਾਂ, ਜੇ ਪੇਸ਼ੈਂਟ ਖਤਰੇ 'ਚ ਆ, ਜੇ ਪੇਸ਼ੈਂਟ ਦੀ ਕੰਡੀਸ਼ਨ ਹਜੇ ਸਟੇਬਲ ਨਹੀਂ ਜਾਂ ਹਜੇ ਹੁਣੇ ਹੁਣੇ ਸਟੇਬਲ ਹੋਈ ਆ, ਆਪਾਂ ਉਹਨੂੰ ਕੱਚੀਆਂ ਚੀਜ਼ਾਂ ਦੇ ਕੇ ਇਨਫੈਕਸ਼ਨ ਦਾ ਰਿਸਕ ਨਹੀਂ ਲੈ ਸਕਦੇ। ਪੇਸ਼ੈਂਟ ਨੂੰ, ਕੋਵਿਡ ਵਾਲੇ ਨੂੰ ਕੱਚੀਆਂ ਚੀਜ਼ਾਂ ਤੋਂ ਵੀ ਪਰਹੇਜ਼ ਰੱਖਣਾ ਆ। ਸੋ ਹੁਣ ਗਲੇ ਦੀ ਖਰਾਸ਼, ਖੰਘ, ਰੇਸ਼ਾ ਅਤੇ ਨਮੋਨੀਆ ਨੂੰ ਜਦੋਂ ਅਸੀਂ ਇਕੱਠਾ ਕਰਕੇ ਦੇਖਾਂਗੇ, ਠੰਡੀਆਂ, ਖੱਟੀਆਂ, ਬਾਏ, ਰੇਸ਼ਾ ਅਤੇ ਕੱਚੀਆਂ ਚੀਜ਼ਾਂ ਤੋਂ ਅਸੀਂ ਪਰਹੇਜ਼ ਕਰਨਾ ਹੈ। ਇਹਦੇ ਵੱਟੇ ਅਸੀਂ ਖਾਣਾ ਕੀ ਹੈ, ਨਮੋਨੀਆ ਦੇ ਵਿੱਚ ਜਿੰਨਾ ਜ਼ਿਆਦਾ ਪ੍ਰੋਟੀਨ ਖਾਓਗੇ ਨਾ ਉਨਾ ਹੀ ਤੁਹਾਡਾ ਫਾਇਦਾ ਆ, ਜਿੰਨਾ ਜ਼ਿਆਦਾ ਪ੍ਰੋਟੀਨ ਖਾਓਗੇ। ਸੋ ਪ੍ਰੋਟੀਨ 'ਚ ਸਭ ਤੋਂ ਬੈਸਟ ਚੀਜ਼ ਕੀ ਆ, ਅੰਡੇ ਦਾ ਸਫੇਦ ਹਿੱਸਾ। ਜਿਹੜੇ ਯੰਗ ਲੋਕ ਆ, ਜਿਨ੍ਹਾਂ ਦੀ ਉਮਰ 30 ਤੋਂ ਥੱਲੇ ਆ, ਉਹ ਪੀਲਾ ਹਿੱਸਾ ਵੀ ਖਾ ਸਕਦੇ ਨੇ, ਲੇਕਿਨ ਅੰਡਾ ਦੇਸੀ ਹੋਣਾ ਚਾਹੀਦਾ। ਜਿਨ੍ਹਾਂ ਦੀ ਉਮਰ 30, 35, 45 ਤੋਂ ਉੱਤੇ ਆ, ਉਹ ਅੰਡੇ ਦਾ ਚਿੱਟਾ ਹਿੱਸਾ ਖਾਣ, ਜਾਂ ਜਿਹੜੇ ਬਜ਼ੁਰਗ ਨੇ ਉਹ ਅੰਡੇ ਦਾ ਚਿੱਟਾ ਹਿੱਸਾ ਖਾਣ। ਜੇ ਤੁਹਾਨੂੰ 2 ਅੰਡੇ ਦੇ ਚਿੱਟੇ ਹਿੱਸੇ ਪਚਦੇ ਆ, 2 ਖਾਓ। ਜੇ 4 ਪਚਦੇ, 4 ਖਾਓ। ਜੇ 8 ਅੰਡੇ ਪਚਦੇ ਆ ਤਾਂ 8 ਅੰਡੇ ਖਾਓ। ਜਿੰਨਾ ਪ੍ਰੋਟੀਨ ਖਾਓਗੇ ਤੁਹਾਡਾ ਉਨਾ ਹੀ ਫਾਇਦਾ। ਜੇ ਤੁਸੀਂ ਵੈਜੀਟੇਰੀਅਨ ਆ ਤਾਂ ਦਾਲ ਸਬਜ਼ੀ ਦੇ ਵਿੱਚ ਜਾਂ ਸੂਪ ਦੇ ਵਿੱਚ ਨਿਊਟਰੀ ਅਤੇ ਸੋਇਆ ਪਨੀਰ ਪਾ ਕੇ ਖਾਓ। ਅਗਰ ਤੁਸੀਂ ਬੈੱਡ ਰੈਸਟ ਦੇ ਉੱਪਰ ਆ ਤਾਂ ਹੋਸਪਿਟਲਾਈਜ਼ ਆ ਤਾਂ ਦੁੱਧ ਵਾਲਾ ਪਨੀਰ ਨਾ ਖਾਓ, ਲੇਕਿਨ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਆਈਸੋਲੇਟ ਹੋਏ ਆ ਤਾਂ ਦੁੱਧ ਵਾਲਾ ਪਨੀਰ ਤੁਸੀਂ ਪਚਾ ਸਕਦੇ ਆ, ਕਿਉਂਕਿ ਉਹ ਥੋੜ੍ਹਾ ਹੈਵੀ ਹੁੰਦਾ। ਖਾਣੇ ਦੀ ਰਿਸਟ੍ਰਿਕਸ਼ਨ ਦੁੱਧ ਵਾਲੇ ਪਨੀਰ ਦੀ ਨਹੀਂ ਹੈਗੀ, ਉਹ ਸਿਰਫ ਤਾਂ ਕਰਕੇ ਆਪਾਂ ਕਹੀਦਾ ਆ ਕਿਉਂਕਿ ਬੈੱਡ ਰੈਸਟ ਵਾਲੇ ਪੇਸ਼ੈਂਟ ਨੂੰ ਪਨੀਰ ਦੇ ਨਾਲ ਕੌਂਸਟੀਪੇਸ਼ਨ ਜਾਂ ਕਈ ਵਾਰ ਬਦਹਜ਼ਮੀ ਹੋ ਜਾਂਦੀ ਹੈ। ਸੋ ਪ੍ਰੋਟੀਨ ਜ਼ਿਆਦਾ ਰੱਖਣਾ ਆ, ਠੀਕ ਹੈ, ਪ੍ਰੋਟੀਨ ਅੱਛੇ ਮਾਤਰਾ 'ਚ ਰੱਖਣਾ। ਅਗਲੀ ਚੀਜ਼ ਆ ਗਈ ਜਿਹੜੀ ਨਮੋਨੀਆ 'ਚ ਬੈਨੀਫਿਟ ਕਰਦੀ, ਉਹ ਹੈਗੀ ਹੱਡੀਆਂ ਦਾ ਸੂਪ। ਹੁਣ ਦੇਖੋ, ਇੱਕ ਪਾਸੇ ਤਾਂ ਨਮੋਨੀਆ ਦੇ ਵਿੱਚ ਅਸੀਂ ਫਲੂਇਡ ਘਟਾ ਰਹੇ ਹਾਂ, ਦੂਜੇ ਪਾਸੇ ਅਸੀਂ ਹੱਡੀਆਂ ਦਾ ਸੂਪ ਕਹਿ ਰਹੇ ਹਾਂ। ਸੋ ਹੱਡੀਆਂ ਦਾ ਸੂਪ ਇਨਫੈਕਸ਼ਨ ਨਾਲ ਲੜਨ ਦੇ ਵਿੱਚ ਬਹੁਤ ਮਦਦਗਾਰ ਆ। ਇੱਕ ਦਿਨ ਛੱਡ ਕੇ ਤੁਸੀਂ ਚਿਕਨ ਦੀ ਹੱਡੀਆਂ ਦਾ ਜਾਂ ਫਿਸ਼ ਦੀ ਹੱਡੀਆਂ ਦਾ ਜਾਂ ਖਰੋੜਿਆਂ ਦਾ ਸੂਪ ਪੀ ਸਕਦੇ ਹਾਂ, ਅਗਰ ਤੁਹਾਡਾ ਟੋਟਲ ਫਲੂਇਡ ਪੂਰੇ ਦਿਨ 'ਚ ਜਿੰਨਾ ਤੁਸੀਂ ਫਲੂਇਡ ਲੈ ਰਹੇ ਉਹ ਲਿਮਿਟ ਦੇ ਵਿੱਚ ਆ। ਸੋ ਆਪਣੇ ਡਾਕਟਰ ਨਾਲ ਆਪਣੀ ਵਾਟਰ ਦੀ ਲਿਮਿਟ ਜ਼ਰੂਰ ਡਿਸਕਸ ਕਰੋ ਅਗਰ ਤੁਹਾਡਾ ਕੋਵਿਡ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਤਾਂ। ਤੀਸਰੀ ਚੀਜ਼ ਜਿਹੜੀ ਨਮੋਨੀਆ 'ਚ ਬਹੁਤ ਮਦਦਗਾਰ ਆ ਉਹ ਹੈਗੇ ਸੀਡਸ। ਸੀਡਸ ਦੇ ਵਿੱਚ 2 ਸੀਡ ਸਭ ਤੋਂ ਬੈਸਟ ਨੇ, ਪਹਿਲਾਂ ਅਲਸੀ ਅਤੇ ਦੂਜਾ ਚਿੱਟੇ ਤਿੜ, ਦੋਨਾਂ ਨੂੰ ਬਰਾਬਰ ਮਾਤਰਾ 'ਚ ਲੈ ਕੇ ਪੀਸ ਕੇ ਰੋਜ਼ਾਨਾ ਉਹਦੇ 2 ਚਮਚ ਖਾਓ, ਉਹ ਕੋਵਿਡ ਦੇ ਵਿੱਚ ਬਹੁਤ ਬੈਨੀਫਿਸ਼ਲ ਆ, ਕਿਉਂਕਿ ਉਹਨਾਂ 'ਚ ਫਾਈਬਰ ਆ, ਓਮੇਗਾ 3 ਆ, ਓਮੇਗਾ 3 ਐਂਟੀ ਇਨਫਲੈਮੇਟਰੀ, ਜਿਹੜੇ ਸਾਡੇ ਸਰੀਰ 'ਚ ਇਨਫਲਾਮੇਸ਼ਨ ਹੋਈ ਹੈ ਉਹ ਉਹਨੂੰ ਘਟਾਉਣ 'ਚ ਮਦਦ ਕਰੇਗਾ। ਦੂਸਰੀ ਗੱਲ ਕਿ ਉਹਨਾਂ ਦੇ ਵਿੱਚ ਅੱਛੀ ਮਾਤਰਾ 'ਚ ਜ਼ਿੰਕ, ਮੈਗਨੀਸ਼ੀਅਮ, ਸਲੇਨੀਅਮ ਅਤੇ ਹੋਰ ਕਾਫੀ ਸਾਰੇ ਮਾਈਕਰੋ ਮਿਨਰਲਸ ਆ, ਜਿਵੇਂ ਕਾਪਰ, ਮੋਲੀਬਡੈਨਮ, ਇਹ ਸਾਰੇ ਮਾਈਕਰੋ ਮਿਨਰਲਸ ਵੀ ਸਾਡੀ ਇਮਿਊਨਿਟੀ ਵਾਸਤੇ ਇੰਪੋਰਟੈਂਟ ਨੇ। ਅਤੇ ਜ਼ਿੰਕ ਜਿਹੜਾ ਹੈ ਇਹ ਛਾਤੀ ਦੀ ਇਨਫੈਕਸ਼ਨ ਦੇ ਵਿੱਚ ਵਿਟਾਮਿਨ ਸੀ ਅਤੇ ਜ਼ਿੰਕ, ਇਹ 2 ਚੀਜ਼ਾਂ ਬਹੁਤ ਹੀ ਇੰਪੋਰਟੈਂਟ ਨੇ, ਠੀਕ ਹੈ। ਅੱਛਾ, ਅਗਲੀ ਚੀਜ਼ ਆ ਗਈ ਜਨਰਲ ਵੀਕਨੈਸ, ਯਾਨੀ ਕਮਜ਼ੋਰੀ। ਇਹ ਕਿਉਂ ਹੋਈ? ਸਾਨੂੰ ਫੀਵਰ ਹੋਇਆ ਜਾਂ ਸਾਡਾ ਪਹਿਲਾਂ ਹੀ ਖੁਰਾਕ ਸਾਡੀ ਅੱਛੀ ਨਹੀਂ ਸੀ ਚੱਲਦੀ, ਜਾਂ ਸਾਨੂੰ 3-4 ਦਿਨ ਫੀਵਰ ਚੜਿਆ, ਉਦੋਂ ਬਾਅਦ ਠੀਕ ਹੋ ਗਿਆ, ਉਹ 3-4 ਦਿਨ 'ਚ ਸਾਡੇ ਸਰੀਰ ਦਾ ਜ਼ੋਰ ਲੱਗ ਗਿਆ, ਜ਼ਿਆਦਾ ਅਸੀਂ ਖੁਰਾਕ ਨਹੀਂ ਵਧੀਆ ਖਾਧੀ, ਹੁਣ ਸਾਨੂੰ ਵੀਕਨੈਸ ਹੋ ਗਈ ਆ। ਸੋ ਬੈਲੈਂਸਡ ਡਾਈਟ ਲਵਾਂਗੇ, ਠੀਕ ਹੈ, ਲੇਕਿਨ ਇਹ ਸਾਰੇ ਪਰਹੇਜ਼ਾਂ ਨੂੰ ਨਾਲ ਨਾਲ ਫੋਲੋ ਕਰਾਂਗੇ।
ਇਹਨਾਂ ਦੇ ਦਾਇਰੇ ਦੇ ਵਿੱਚ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਕੇ ਇਹਨਾਂ ਦੇ ਦਾਇਰੇ ਵਿੱਚ ਰਹਿੰਦੇ ਹੋਏ ਬੈਲੈਂਸ ਡਾਈਟ ਲੈਣੀ ਆ ਅਤੇ ਲੈਣੀ ਜ਼ਿਆਦਾ ਮਾਤਰਾ ਦੇ ਵਿੱਚ ਆ। ਸੋ ਟੋਟਲ ਜਿੰਨੀ ਖੁਰਾਕ ਤੁਸੀਂ ਖਾਂਦੇ ਆ ਉਹਦੀ ਖਪਤ ਵਧਾਓ। ਦੁਬਾਰਾ ਪਹਿਲੇ ਨੰਬਰ 'ਤੇ ਆ ਗਏ ਆਪਾਂ, ਹਾਈ ਪ੍ਰੋਟੀਨ ਹਾਈ ਕੈਲਰੀ, ਕੈਲਰੀ ਚਾਹੇ ਫੈਟ ਤੋਂ ਗੁੱਡ ਫੈਟ ਤੋਂ ਆ ਰਹੀ ਆ, ਕੈਲਰੀ ਚਾਹੇ ਕਾਰਬੋਹਾਈਡਰੇਟ ਤੋਂ ਆ ਰਹੀ ਆ। ਅਸੀਂ ਟੋਟਲ ਕੈਲਰੀ 'ਤੇ ਫੋਕਸ ਕਰਨਾ ਵੀ ਕੈਲਰੀ ਵੀ ਜ਼ਿਆਦਾ ਲੈਣੀ ਆ, ਪ੍ਰੋਟੀਨ ਵੀ ਜ਼ਿਆਦਾ ਲੈਣਾ, ਲੇਕਿਨ ਰਹਿਣਾ ਇਹਨਾਂ ਹੱਦਾਂ 'ਚ ਆ, ਇਹਨਾਂ ਚੀਜ਼ਾਂ ਦਾ ਪਰਹੇਜ਼ ਰੱਖਣਾ ਹੈ। ਅਗਲੀ ਚੀਜ਼ ਆ ਗਈ ਹਾਈਪੋਕਸੀਆ। ਹਾਈਪੋਕਸੀਆ ਦਾ ਮਤਲਬ ਆ ਜਦੋਂ ਸਾਡੀ ਜਾਂ ਸਾਡੇ ਪੇਸ਼ੈਂਟ ਦੀ ਆਕਸੀਜਨ ਸੈਚੂਰੇਸ਼ਨ ਡਾਊਨ ਜਾਣ ਲੱਗ ਗਈ ਉਦੋਂ ਕੀ ਖਾਣਾ ਚਾਹੀਦਾ। ਸੱਚ ਦੱਸਾਂ ਉਦੋਂ ਖਾਣ ਵਾਲੇ ਪਾਸੇ ਨਹੀਂ ਧਿਆਨ ਦੇਣਾ, ਡਾਇਰੈਕਟ ਜਿੰਨੀ ਜਲਦੀ ਹੋ ਸਕੇ ਆਪਣੇ ਪੇਸ਼ੈਂਟ ਨੂੰ ਹੋਸਪਿਟਲਾਈਜ਼ ਕਰਵਾ ਦਿਓ, ਕਿਉਂਕਿ ਜਦੋਂ ਪੇਸ਼ੈਂਟ ਦੀ ਸੈਚੂਰੇਸ਼ਨ ਘਟਣ ਲੱਗ ਗਈ ਉਦੋਂ ਤੁਹਾਡੇ ਪੇਸ਼ੈਂਟ ਦੀ ਜਾਨ ਖਤਰੇ 'ਚ ਆ। ਪੇਸ਼ੈਂਟ ਦੀ ਪ੍ਰਾਇਓਰਿਟੀ ਬੇਸ 'ਤੇ ਮੈਡੀਕਲ ਟ੍ਰੀਟਮੈਂਟ ਸ਼ੁਰੂ ਕਰਾਓ, ਉਦੋਂ ਡਾਇਟ ਵਾਲੀਆਂ ਚੀਜ਼ਾਂ ਨੇ ਤੁਹਾਡੀ ਮਦਦ ਨਹੀਂ ਕਰਨੀ। ਡਾਇਟ ਵਾਲੀਆਂ ਚੀਜ਼ਾਂ ਮਦਦ ਕਰਨਗੀਆਂ ਜਦੋਂ ਸਟੇਬਲ ਹੋਵਾਂਗੇ, ਉਦੋਂ ਰਿਕਵਰੀ 'ਚ ਹੈਲਪ ਕਰੂਗੀਆਂ, ਠੀਕ ਹੈ। ਸੋ ਜੇ ਸਾਹ ਦੀ ਦਿੱਕਤ ਆ ਰਹੀ ਹੈ, ਜੇ ਆਕਸੀਜਨ ਮੈਂਟੇਨ ਨਹੀਂ, ਤਾਂ ਜਲਦ ਪੇਸ਼ੈਂਟ ਨੂੰ ਐਡਮਿਟ ਕਰਵਾ ਦਿਓ ਹੋਸਪਿਟਲ ਦੇ ਵਿੱਚ, ਠੀਕ ਹੈ। ਅਗਲੇ ਜਿਹੜੇ ਦੋ ਲੱਛਣ ਉਹ ਪੇਟ ਦੇ ਨਾਲ ਸੰਬੰਧਿਤ ਆ। ਪਹਿਲਾ ਹੈਗਾ ਗੈਸਟ੍ਰਾਈਟਿਸ, ਸਾਡਾ ਖਾਣਾ ਖਾਣ ਨੂੰ ਜੀ ਨਹੀਂ ਕਰ ਰਿਹਾ, ਭੁੱਖ ਨਹੀਂ ਲੱਗ ਰਹੀ, ਖਾਣਾ ਪਚ ਨਹੀਂ ਰਿਹਾ, ਬਦ ਹਜ਼ਮੀ ਹੋ ਰਹੀ ਹੈ ਜਾਂ ਐਸਿਡਿਟੀ ਹੋ ਰਹੀ ਹੈ, ਕਿਉਂਕਿ ਸਾਡੇ ਪੇਟ ਦੀ ਵੀ ਜਿਹੜੀ ਗੈਸਟ੍ਰਿਕ ਲਾਈਨਿੰਗ ਜਿਹੜੀ ਆ ਉਹ ਵੀ ਇਨਫਲੇਮ ਹੋ ਗਈ ਆ ਇਨਫਲਾਮੇਸ਼ਨ ਕਰਕੇ। ਸੋ ਉਹਦਾ ਹੱਲ, ਸੌਖਾ ਹੱਲ ਹੈ, ਚਾਹ ਕੌਫੀ ਜਾਂ ਕੋਈ ਵੀ ਜਿਹੜਾ ਜ਼ਿਆਦਾ ਤੇਜ਼ ਮਸਾਲਾ ਆ, ਜਿਵੇਂ ਲਾਲ ਮਿਰਚ, ਹਰੀ ਮਿਰਚ, ਕਾਲੀ ਮਿਰਚ, ਇਹ ਚੀਜ਼ਾਂ ਆਪਾਂ ਅਵੋਇਡ ਕਰ ਦਾਂਗੇ। ਲਸਣ ਵਗੈਰਾ ਆਪਾਂ ਅਵੋਇਡ ਕਰਾਂਗੇ, ਉਹਦੀ ਜਗ੍ਹਾ ਆਪਾਂ ਆਪਣੀ ਡਾਇਟ ਸੌਫਟ ਵਾਲੇ ਪੱਖ ਲੈ ਜਾਵਾਂਗੇ। ਖਿਚੜੀ ਆਪਾਂ ਖਾਣੀ ਨਹੀਂ, ਦਲੀਆ ਖਾ ਸਕਦੇ ਹਾਂ, ਸੂਪ ਪੀ ਸਕਦੇ ਹਾਂ, ਲੇਕਿਨ ਉਹਦੇ ਵਿੱਚ ਪ੍ਰੋਟੀਨ ਜ਼ਰੂਰ ਐਡ ਕਰਨਾ ਹੈ। ਉਹ 'ਚ ਆਂਡੇ, ਸੋਇਆ ਪਨੀਰ, ਚਿਕਨ, ਫਿਸ਼ ਜਾਂ ਇਹ ਪ੍ਰੋਟੀਨ ਵਾਲੀਆਂ ਚੀਜ਼ਾਂ ਜ਼ਰੂਰ ਐਡ ਕਰਨੀਆਂ ਨੇ, ਪਰ ਡਾਇਟ ਉੱਦਾਂ ਥੋੜ੍ਹੀ ਜਿਹੀ ਹਲਕੀ ਕਰ ਲੈਣੀ ਇੱਕ ਦੋ ਦਿਨਾਂ ਲਈ ਆਪਣੀ। ਤੁਰ ਦਾਲਾਂ ਸਬਜ਼ੀਆਂ ਰੋਟੀ ਦੀ ਬਜਾਏ ਸੂਪ ਦਲੀਏ 'ਤੇ ਆ ਜਾਣਾ ਆਪਾਂ, ਤਾਂ ਕਿ ਜਿਹੜਾ ਆ ਸਾਡਾ ਪੇਟ ਜਦੋਂ ਠੀਕ ਹੋ ਜਾਵੇ ਫਿਰ ਆਪਾਂ ਦੁਬਾਰਾ ਰੋਟੀ ਸਬਜ਼ੀ ਸਟਾਰਟ ਕਰ ਸਕਦੇ ਹਾਂ, ਠੀਕ ਹੈ। ਅਤੇ ਚਾਹ ਕੌਫੀ ਆਪਾਂ ਅਵੋਇਡ ਕਰਨੀ ਹੈ। ਲਾਸਟ ਆ ਜਾਂਦਾ ਆ ਲੂਜ਼ ਮੋਸ਼ਨ ਡਾਇਰੀਆ। ਇਹਦੇ ਵਿੱਚ ਅਸੀਂ ਦੁੱਧ ਤੋਂ ਬਣੀਆਂ ਹੋਈਆਂ ਚੀਜ਼ਾਂ ਅਵੋਇਡ ਕਰਾਂਗੇ, ਆਪਣੀ ਡਾਇਟ 'ਚ ਫਾਈਬਰ ਅੱਛਾ ਲਵਾਂਗੇ। ਫਾਈਬਰ ਸਾਨੂੰ ਸਬਜ਼ੀਆਂ ਤੋਂ ਵੀ ਮਿਲਦਾ ਆ, ਫਾਈਬਰ ਵਾਸਤੇ ਆਪਾਂ ਇਸਬਗੋਲ ਵਗੈਰਾ ਵੀ ਲੈ ਸਕਦੇ ਹਾਂ। ਪ੍ਰੋਬਾਇਓਟਿਕਸ ਵੀ ਸਾਡੀ ਹੈਲਥ ਲਈ ਅੱਛੇ ਆ, ਲੇਕਿਨ ਪ੍ਰੋਬਾਇਓਟਿਕਸ ਜ਼ਿਆਦਾ ਕਰਕੇ ਦਹੀਂ ਲੱਸੀ 'ਚ ਹੁੰਦੇ ਆ, ਦਹੀਂ ਲੱਸੀ ਆਪਾਂ ਨੂੰ ਮਨਾ ਹੈ। ਸੋ ਪ੍ਰੋਬਾਇਓਟਿਕ ਦਾ ਆਪਾਂ ਕੈਪਸੂਲ ਲੈ ਲਾਂਗੇ ਤਾਂ ਕਿ ਸਾਡੇ ਪੇਟ ਦਾ ਜਿਹੜਾ ਅੱਛਾ ਗੁੱਡ ਬੈਕਟੀਰੀਆ ਉਹ ਜਲਦੀ ਤੋਂ ਜਲਦੀ ਰਿਪਲੈਨਿਸ਼ ਹੋ ਜਾਵੇ, ਠੀਕ ਹੈ ਜੀ। ਸੋ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਖਿਆਲ ਰੱਖਣਾ। ਇਹਨਾਂ ਲੱਛਣਾਂ ਨੂੰ ਹੋਣ ਦੀ ਵੇਟ ਨਹੀਂ ਕਰਨੀ। ਇਹ ਨਹੀਂ ਕਹਿਣਾ ਵੀ ਮੈਨੂੰ ਕਿਹੜਾ ਖੰਘ ਰੇਸ਼ਾ ਹੈਗੀ ਆ, ਮੈਂ ਤਾਂ ਦਹੀਂ ਲੱਸੀ ਖਾਣਾ ਖਾਣਾ, ਇੱਦਾਂ ਨਹੀਂ ਕਰਨਾ। ਆਪਣੀ ਜਾਨ ਦਾ ਜੋਖਮ ਰਿਸਕ ਨਹੀਂ ਲੈਣਾ। ਅਗਰ ਤੁਹਾਨੂੰ ਅੱਜ ਡੇ 1 ਦੇ ਉੱਪਰ ਅਗਰ ਤੁਹਾਡੇ ਟੈਸਟ 'ਚ ਪੋਜ਼ਿਟਿਵ ਆਇਆ, ਅਗਰ ਅੱਜ ਤੁਹਾਨੂੰ ਖੰਘ ਰੇਸ਼ਾ ਨਹੀਂ ਹੈਗੀ, ਅੱਜ ਤੋਂ ਹੀ ਇਹ ਪਰਹੇਜ਼ ਕਰਨੇ ਸ਼ੁਰੂ ਕਰੋ। ਅੱਜ ਤੋਂ ਹੀ ਡਾਇਟ ਨੂੰ ਜਿਹੜਾ ਆ ਹਾਈ ਪ੍ਰੋਟੀਨ ਵਾਲੇ ਪਾਸੇ ਲੈ ਕੇ ਜਾਓ। ਰਿਫਾਈਂਡ ਤਲੀਆਂ ਹੋਈਆਂ ਚੀਜ਼ਾਂ ਨੂੰ ਅਵੋਇਡ ਕਰੋ, ਮਿੱਠਾ ਘੱਟ ਤੋਂ ਘੱਟ ਕਰੋ, ਚਾਹ ਕੌਫੀ ਬੰਦ ਕਰੋ, ਕਾਹਵਾ ਪੀਓ, ਹਾਈ ਪ੍ਰੋਟੀਨ ਹਾਈ ਕੈਲਰੀ ਡਾਇਟ। ਸੋ ਦੋਸਤੋ, ਮੈਂ ਉਮੀਦ ਕਰਦਾ ਹਾਂ ਕਿ ਸੌਖੇ ਸ਼ਬਦਾਂ ਦੇ ਵਿੱਚ ਤੁਹਾਨੂੰ ਇਹ ਵੀਡੀਓ ਜਿਹੜੀ ਆ ਉਹ ਸਮਝ ਆ ਗਈ ਹੋਏਗੀ। ਫਿਰ ਵੀ ਅਗਰ ਕਿਸੇ ਪਰਸਨ ਨੂੰ ਕੋਈ ਦਿੱਕਤ ਲੱਗਦੀ ਹੈ, ਵੀਡੀਓ ਸਮਝਣ 'ਚ ਕੋਈ ਪ੍ਰੋਬਲਮ ਆਉਂਦੀ, ਤੁਸੀਂ ਨੀਚੇ ਕਮੈਂਟ ਸੈਕਸ਼ਨ 'ਚ ਆਪਣੇ ਸਵਾਲ ਪੁੱਛ ਸਕਦੇ ਹਾਂ। ਤੁਸੀਂ ਮੇਰੇ ਫੇਸਬੁੱਕ ਪੇਜ 'ਤੇ ਮੈਨੂੰ ਫੋਲੋ ਕਰੋ, ਇੰਸਟਾਗ੍ਰਾਮ 'ਤੇ ਮੈਨੂੰ ਫੋਲੋ ਕਰੋ, ਯੂਟਿਊਬ 'ਤੇ ਮੇਰਾ ਚੈਨਲ ਸਬਸਕ੍ਰਾਈਬ ਕਰੋ, ਤੁਹਾਨੂੰ ਮੇਰਾ ਨੰਬਰ ਉਹਦੇ ਵਿੱਚੋਂ ਮਿਲ ਜਾਣਾ। ਤੁਸੀਂ ਉੱਥੋਂ ਮੇਰੇ ਨਾਲ ਫੋਨ ਕਰਕੇ ਸੰਪਰਕ ਵੀ ਕਾਇਮ ਕਰ ਸਕਦੇ ਹੋ। ਅਗਰ ਤੁਹਾਡੇ ਕਿਸੇ ਪੇਸ਼ੈਂਟ ਨੂੰ ਕੋਵਿਡ ਰਿਲੇਟਡ ਕੋਈ ਡਾਇਟ ਦੇ ਵਿੱਚ ਹੈਲਪ ਚਾਹੀਦੀ ਹੈ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹਾਂ, ਮੈਂ ਆਲਵੇਜ਼ ਤੁਹਾਡੀ ਹੈਲਪ ਲਈ ਅਵੇਲੇਬਲ ਹਾਂ, ਠੀਕ ਹੈ। ਮੇਨ ਸਭ ਤੋਂ ਇੰਪੋਰਟੈਂਟ ਇਹੀ ਹੈ ਕਿ ਆਪਾਂ ਅੱਛੀ ਡਾਇਟ ਰੱਖੀਏ ਤਾਂ ਕਿ ਸਾਡਾ ਰਿਕਵਰੀ ਟਾਈਮ ਜਿਹੜਾ ਆ ਉਹ ਘਟੇ। ਹੁਣ ਇਸ ਵੀਡੀਓ ਤੋਂ ਬਾਅਦ ਇੱਕ ਹੋਰ ਵੀਡੀਓ ਮੈਂ ਬਣਾਉਣੀ ਆ ਇਸੇ ਟੋਪਿਕ 'ਤੇ, ਉਹਦੇ ਵਿੱਚ ਆਪਾਂ ਸਪਲੀਮੈਂਟ ਦੀ ਗੱਲ ਕਰਨੀ ਆ ਵੀ ਕਿਹੜੇ ਸਪਲੀਮੈਂਟ ਅਸੀਂ ਲੈਣੇ ਆ ਤਾਂ ਕਿ ਸਾਡੇ ਰਿਕਵਰੀ 'ਚ ਹੋਰ ਜ਼ਿਆਦਾ ਬੈਨੀਫਿਟ ਮਿਲੇ। ਸੋ ਉਸ ਵਾਸਤੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਮਿਲਾਂਗੇ। ਚੈਨਲ ਨਾਲ ਬਣੇ ਰਹੋ, ਮੈਂ ਤੁਹਾਨੂੰ ਮਿਲੂੰਗਾ ਅਗਲੀ ਵਾਰ। ਉਦੋਂ ਤੱਕ ਤੁਸੀਂ ਆਪਣਾ ਰੱਖੋ ਖਿਆਲ, ਟੇਕ ਕੇਅਰ।